ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਗਰਮੀ ਦੇ ਵਿੱਚ ਸੁਭਾਵਿਕਾ ਕਿ ਜਿਹੜੇ ਹੁਣ ਛੋਟੇ ਲੱਗੇ ਪੌਦੇ ਆ ਜਾਂ ਪੁਰਾਣੇ ਪੌਦੇ ਵੀ ਆਪਣੇ ਜਿਹੜੇ ਥੋੜੇ ਥੋੜੇ ਸੁੱਕ ਰਹੇ ਆ ਜੀ ਉਹਨਾਂ ਦੇ ਪੱਤੇ ਸੁੱਕ ਰਹੇ ਆ ਕਾਫੀ ਸਾਰੇ ਵੀ ਜਿਹੜੇ ਫੋਟੋ ਭੇਜ ਰਹੇ ਆ ਇਹਨਾਂ ਸੰਬੰਧੀ ਜਾਣਕਾਰੀ ਲੈਣ ਲਈ ਤੇ ਆਪਾਂ ਸੋਚਿਆ ਕਿ ਜਿਹੜਾ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਈਏ ਜੀ ਗਰਮੀ ਦੇ ਵਿੱਚ ਬੂਟਿਆਂ ਨੂੰ ਬਚਾਉਣ ਦਾ ਜਿਹੜਾ ਤਰੀਕਾ ਕੀ ਹੈਗਾ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਬਚਾ ਸਕਦੇ ਆਂਗੇ ਦੋ ਤਿੰਨ ਚੀਜ਼ਾਂ ਜਿਹੜੀਆਂ ਮੁੱਖ ਆ ਜਿੰਨਾ ਦਾ ਆਪਾਂ ਤਾਂ ਰੱਖਣਾਗਾ ਉਹ ਵੀਡੀਓ ਨੂੰ ਤੁਸੀਂ ਆਖਰ ਤੱਕ ਦੇਖਿਓ ਜੀ ਆਪਾਂ ਤੁਹਾਨੂੰ ਵਿਸਤਾਰ ਪੂਰਵਕ ਸਾਰੀ ਗੱਲ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਜਿਹੜਾ ਸਾਹਮਣਾਗਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੇ ਥੱਲੇ ਆਪਣਾ ਜਿਹੜਾ ਲੀਚੀ ਦਾ ਬੂਟਾ ਜੀ ਤੋਂ ਕਰਮੀ ਦੇ ਨਾਲ ਉਹਦੇ ਪੱਤੇ ਸੁੱਕਣੇ ਸ਼ੁਰੂ ਹੋ ਗਏ ਸੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਟੈਂਪਰੇਚਰ ਹਾਈ ਹੋਣ ਕਰਕੇ ਜਿਹੜਾ ਬੂਟੇ ਤੋਂ ਸਹਣ ਨਹੀਂ ਹੁੰਦਾ ਜੀ ਇਸ ਲਈ ਜਿਹੜਾ ਇਸ ਤਰ੍ਹਾਂ ਆਪਾਂ ਕਿਸੇ ਰਹਿਤ ਖੂਨ ਦੀ ਮਦਦ ਦੇ ਨਾਲ ਜਾਂ ਪਰਾਲੀ ਦੇ ਮਦਦ ਦੇ ਨਾਲ ਜਾਂ ਸਰਕਲੇ ਦੀ ਮਦਦ ਦੇ ਨਾਲ ਇਹਨਾਂ ਬੂਟਿਆਂ ਨੂੰ ਟਕਣਾਗਾ ਜੀ ਤੇ ਜਿਹੜਾ ਇੱਕ ਹੋਰ ਇਹਦੇ ਵਿੱਚ ਮੁੱਖ ਕੰਮ ਆਗਾ ਜਿਹੜਾ ਜਿਸ ਤਰ੍ਹਾਂ ਆਪਾਂ ਥੜੇ ਬਣਾਉਨੇ ਆ ਜਾਂ ਥਾਂ ਉੱਚਾ ਕਰਦੇ ਆ ਪਾਣੀ ਲਾਉਣ ਲਈ ਉਹ ਥਾਂ ਆਪਾਂ ਬਿਲਕੁਲ ਜਿਹੜਾ ਪ੍ਰਾਲੀ ਦੇ ਨਾਲ ਜਾਂ ਕਿਸੇ ਰਹਿਤ ਖੂਨ ਦੇ ਨਾਲ ਢੱਕ ਦੇਣਾ ਤਾਂ ਕਿ ਮਿੱਟੀ ਦੇ ਉੱਪਰ ਸਿੱਧੀ ਧੁੱਪ ਨਾ ਪਵੇ ਤੇ ਜਿਹੜਾ ਮਿੱਟੀ ਦਾ ਟੈਂਪਰੇਚਰ ਹਾਈ ਨਾ ਹੋਵੇ ਜਿਹੜਾ ਪੂਟਿਆਂ ਦੇ ਪੱਤਿਆਂ ਦੇ ਉੱਪਰ ਧੁੱਪ ਪੈਣ ਨਾਲ ਨੁਕਸਾਨ ਹੁੰਦਾ ਉਹ ਘੱਟ ਹੁੰਦਾ ਜੀ ਜਿਹੜਾ ਮਿੱਟੀ ਦੇ ਉੱਪਰ ਜਿਹੜੀ ਧੁੱਪ ਸਿੱਧੀ ਪੈ ਕੇ ਮਿੱਟੀ ਦੇ ਵਿੱਚ ਹੀਟ ਬਣਦੀ ਉਹਦੇ ਨਾਲ ਨੁਕਸਾਨ ਜ਼ਿਆਦਾ ਹੁੰਦਾ ਜਦੋਂ ਆਪਾਂ ਪਾਣੀ ਲਾਇਆ ਹੁੰਦਾ ਮਿੱਟੀ ਦੇ ਵਿੱਚ ਹੀਟ ਪੈਦਾ ਹੋ ਜਾਂਦੀ ਹੈ ਜੀ ਤੇ ਉਹ ਹੀਟ ਮਿੱਟੀ ਗਰਮ ਹੋਣ ਕਰਕੇ ਜਿਹੜੀਆਂ ਜੜਾਂ ਬਹੁਤ ਸੂਖਮ ਹੁੰਦੀਆਂ ਨੇ ਤੇ ਜਿਹੜਾ ਗਲ ਕੇ ਤੇ ਬੂਟਾ ਮਾਰਨਾ ਸ਼ੁਰੂ ਹੋ ਜਾਂਦਾ ਇਹ ਮੁੱਖ ਕਾਰਨ ਹੁੰਦਾ ਜੀ ਇਸ ਲਈ ਜਿਹੜਾ ਆਪਾਂ ਨੂੰ ਮਿੱਟੀ ਨੂੰ ਢੱਕ ਕੇ ਰੱਖਣ ਦੀ ਵਾਤਵਾਰਤ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਜੜਾਂ ਦੇ ਨੇੜੇ ਮਿੱਟੀ ਆਪਣੀ ਜਿਹੜੀ ਪ੍ਰਾਲੀ ਦੇ ਨਾਲ ਢਗੀ ਹੋਣੀ ਚਾਹੀਦੀ ਹੈ ਇਹ ਕਿਹਦੇ ਵਿੱਚ ਮੁੱਖ ਕੰਮ ਆਪਾਂ ਹੋਰ ਕਰਨਾ ਜੀ ਉਹ ਜਿਵੇਂ ਆਪਣੇ ਕੋਲੇ ਇਹ ਮੰਨੋ ਵੀ ਕੋਈ ਕਲੀ ਲੈ ਲਓ ਚੂਨਾ ਜਿਹੜਾ ਹੁੰਦਾਗਾ ਰੰਗ ਕਰਨ ਵਾਲਾ ਉਹਨੂੰ ਪਾਣੀ ਦੇ ਵਿੱਚ ਭਿਉਲੋ ਤੇ ਉਹ ਜਿਹੜੇ ਬੂਟਿਆਂ ਦੇ ਤਣਿਆਂ ਦੇ ਉੱਪਰ ਤੁਸੀਂ ਆਪਣਾ ਪੇਂਟ ਦੀ ਤਰ੍ਹਾਂ ਮਾਰ ਦੇਣਾਗਾ ਉਹਦੇ ਨਾਲ ਜਿਹੜਾ ਬੂਟਿਆਂ ਨੂੰ ਗਰਮੀ ਦਾ ਜਿਹੜਾ ਅਸਰ ਘਟੂਗਾ ਜੀ ਤਣੇ ਦੇ ਉੱਪਰ ਸਿੱਧੀ ਧੁੱਪ ਨਹੀਂ ਪਊਗੀ ਤੇ ਬੂਟੇ ਦੇ ਨੇੜੇ ਜਿਹੜੀ ਹੀਟ ਪੈਦਾ ਨਹੀਂ ਹੁੰਦੀਗੀ ਉਹ ਵੀ ਬੂਟਿਆਂ ਨੂੰ ਜਿਹੜਾ ਗਰਮੀ ਤੋਂ ਬਚਾਉਂਦਾਗਾ ਤੇ ਜਿਹੜਾ ਤੀਸਰਾ ਆਪਾਂ ਇਹ ਦੱਸ ਹੀ ਚੁੱਕੇ ਆ ਤੁਹਾਨੂੰ ਕੋਸ਼ ਆਪਣੇ ਡੰਡੇ ਗੱਡ ਕੇ ਜਾਂ ਕੋਈ ਹੋਰ ਚੀਜ਼ ਦੀ ਮਦਦ ਦੇ ਨਾਲ ਕੋਈ ਸਟਰਕਚਰ ਬਣਾ ਕੇ ਉੱਪਰ ਇਸ ਤਰ੍ਹਾਂ ਤੁਸੀਂ ਰਾਇਤ ਗੁੰਦ ਪਾ ਕੇ ਬੂਟੇ ਨੂੰ ਸਿੱਧੀ ਧੁੱਪ ਤੋਂ ਬਚਾ ਸਕਦੇ ਹੋ ਇਹ ਸਿਰਫ ਛੋਟੇ ਬੂਟਿਆਂ ਦੀ ਲਈ ਇਹਦੀ ਲੋੜ ਪੈਂਦੀ ਆ ਆਪਾਂ ਨੂੰ ਵੱਡੇ ਬੂਟਿਆਂ ਦੇ ਵਿੱਚ ਖਾਸ ਕੋਈ ਲੋੜ ਨਹੀਂ ਹੈਗੀ ਜਿਹੜੇ ਬੂਟੇ ਆਂ ਜਿਹਦੇ ਸਾਈਜ਼ ਛੋਟਾਗਾ ਜਾਂ ਗਰਮੀ ਨੂੰ ਘੱਟ ਸਹਨ ਕਰਦੇ ਆ ਉਹਨਾਂ ਦੇ ਵਿੱਚ ਇਹ ਕੰਮ ਆਪਾਂ ਨੂੰ ਜ਼ਰੂਰੀ ਕਰਨਾ ਚਾਹੀਦਾ ਜਿਸ ਤਰ੍ਹਾਂ ਛੋਟਾ ਬੂਟਾ ਕਿਸੇ ਵੀ ਜਾਤੀ ਦਾ ਹੋ ਸਕਦਾਗਾ ਉਹਦੇ ਵਿੱਚ ਆਪਾਂ ਜਿਹੜੀ ਸਿੱਧੀ ਧੁੱਪ ਪੈਣ ਤੋਂ ਰੋਕਣ ਲਈ ਇਸ ਤਰ੍ਹਾਂ ਇਹਨਾਂ ਨੂੰ ਢੱਕ ਦੇਣਾ ਜੀ ਜਿਸ ਤਰ੍ਹਾਂ ਕਿ ਆਪਾਂ ਸਰਦੀਆਂ ਦੇ ਵਿੱਚ ਵੀ ਢਕਣਾ ਹੁੰਦਾਗਾ ਤੇ ਉਸੇ ਤਰ੍ਹਾਂ ਹੀ ਆਪਾਂ ਜਿਹੜਾ ਗਰਮੀਆਂ ਦੇ ਵਿੱਚ ਵੀ ਢਕਣਾ ਹੁੰਦਾ ਇਹ ਚੀਜ਼ਾਂ ਦੀ ਮਦਦ ਦੇ ਨਾਲ ਆਪਣੇ ਬੂਟੇ ਨੂੰ ਜਿਹੜਾ ਤੁਸੀਂ ਗਰਮੀ ਤੋਂ ਬਚਾ ਸਕਦੇ ਹੋ ਤੇ ਜਿਹੜਾ ਗਰਮੀ ਤੋਂ ਬਚਾਉਣ ਦੇ ਨਾਲ-ਨਾਲ ਜਿਹੜਾ ਆਪਣਾ ਬੂਟੇ ਦੀ ਸਿਹਤ ਵੀ ਸਹੀ ਰਹੂਗੀ ਉਹਦਾ ਕਾਰਨ ਇਹ ਹੈ ਕਿ ਜਦੋਂ ਛਾਂ ਰਹੂਗੀ ਜੜ ਦੇ ਵਿੱਚ ਪ੍ਰਾਲੀ ਜਾਂ ਰਹਿਤ ਖੁੰਦ ਪਾਈ ਹੋਊਗੀ ਉਹ ਹੌਲੀ-ਹੌਲੀ ਗਲੂਗੀ ਤਾਂ ਉਹ ਬੂਟੇ ਨੂੰ ਜਿਹੜੀ ਤਾਕਤ ਦੇਊਗੀ ਆਉਣ ਵਾਲੇ ਸਮੇਂ ਤੇ ਜਿਹੜਾ ਬੂਟਾ ਤੁਹਾਡਾ ਵਧੀਆ ਚੰਗੀ ਗ੍ਰੋਥ ਕਰੂਗਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋ ਤੁਸੀਂ ਇਹਨਾਂ ਸਟੈਪਾਂ ਨੂੰ ਅੱਜ ਹੀ ਜਿਹੜਾ ਕਰ ਲਓ ਕਿਉਂਕਿ ਦਿਨੋਂ ਦਿਨ ਗਰਮੀ ਵੱਧ ਰਹੀ ਹੈਗੀ ਜੇਕਰ ਫੇਰ ਵੀ ਤੁਹਾਡਾ ਕੋਈ ਸਵਾਲ ਹੋਊਗਾ ਤਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਜੀ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਧੰਨਵਾਦ ਤੇ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਧੰਨਵਾਦ ਜੀ